ਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾਦਾਲ ਸ੍ਰੀ ਅਮਰitsar ਸਾਹਿਬ ਦੇ ਸਮੂਹ ਸਿੰਘਾਂ ਵੱਲੋਂ ਸਰਬੱਤ ਸੰਗਤਾਂ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਜ਼ਰੂਰੀ ਬੇਨਤੀ ਹੈ ਕਿਵੇਂ ਜਿਵੇਂ ਕਿ ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੜੀਆਂ ਵਾਲੇ ਪਿਛਲੇ ਕਈ ਸਾਲਾਂ ਤੋਂ ਗੁਰਬਾਣੀ ਗੁਰੂ ਸਿਧਾਂਤਾਂ ਦਾ ਪ੍ਰਚਾਰ ਐਸਲੇ ਨਿਵੇਕਲੇ ਢੰਗ ਨਾਲ ਕਰ ਰਹੇ ਹਨ ਦੇਸ਼ ਵਿਦੇਸ਼ ਵਿੱਚ ਲੱਖਾਂ ਸੰਗਤਾਂ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅਮਰ ਛਕ ਰਹੀਆਂ ਨੇ ਸਹਿਜ ਪਾਠ ਆਰੰਭ ਕਰ ਰਹੀਆਂ ਨੇ ਤੇ ਬੜੀ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਉਹ ਅਮਰ ਛਕ ਰਹੇ ਨੇ ਬਾਣੀ ਬਾਣੇ ਦੇ ਧਾਰਨੀ ਹੋ ਰਹੇ ਨੇ ਬਹਿਮਾ ਭਰਮਾ ਤੋਂ ਦੂਰ ਜਾ ਕੇ ਖੁਦ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਹਰ ਇੱਕ ਨੌਜਵਾਨ ਖੁਦ ਪ੍ਰਚਾਰਕ ਬਣ ਰਿਹਾ ਹੈ ਗੁਰਸਿੱਖੀ ਜੀਵਨ ਸਾਡੇ ਆਮ ਜੀਵਨ ਦੇ ਵਿੱਚ ਉਹ ਆ ਰਿਹਾ ਹੈ ਭਾਈ ਸਾਹਿਬ ਜੀ ਦੇ دیਵਾਨਾਂ ਤੋਂ ਬਚਨਾਂ ਤੋਂ ਪ੍ਰਾਪਤ ਹੋ ਕਰਕੇ ਪਰ ਗੁਰੂ ਪਿਆਰਿਓ ਇਹ ਜਿਹੜੀਆਂ ਭਾਈ ਸਾਹਿਬ ਦੀਆਂ ਗੱਲਾਂ ਨੇ ਜਿਹੜਾ ਉਹਨਾਂ ਦਾ ਪ੍ਰਚਾਰ ਦਾ ਤਰੀਕਾ ਹੈ ਇਹ ਉਹਨਾਂ ਲੋਕਾਂ ਨੂੰ ਹজম ਨਹੀਂ ਹੋ ਰਿਹਾ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਸੱਚ ਦਾ ਪ੍ਰਚਾਰ ਹੋਵੇ ਸੱਚ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਇਹ ਉਹ ਲੋਕ ਹਨ ਏਜੰਸੀਆਂ ਦੇ ਹੱਥ ਠੋਕੇ ਬੰਦੇ ਜਿਹੜੇ ਬਾਣੀ ਤੇ ਬਾਣੇ ਦਾ ਇਸਤੇਮਾਲ ਸਿਰਫ ਆਪਣੇ ਅਹੁਦਿਆਂ ਨੂੰ ਚਮਕਾਉਣ ਵਾਸਤੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਕਰ ਰਹੇ ਹਨ ਸੋ ਭਾਈ ਸਾਹਿਬ ਜੀ ਦੇ ਗੁਰੂ ਮਾਨ ਨੂੰ ਗ੍ਰੰਥ ਚੇਤਨਾ ਸਮਾਗਮਾਂ ਦੀ ਜਿਹੜੀ ਲਹਿਰ ਚੱਲੀ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਕਸਮਿਆਂ ਦੇ ਵਿੱਚ ਉਹ ਲੜੀ ਦੇ ਤਹਿਤ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਨੇ ਵੀ ਭਾਈ ਸਾਹਿਬ ਜੀ ਦੇ ਪ੍ਰਚਾਰ ਵਾਸਤੇ ਅੰਮ੍ਰਿਤਸਰ ਸਾਹਿਬ ਵਿਖੇ 14 15 16 ਨਵੰਬਰ ਨੂੰ ਗੁਰਮਤ ਸਮਾਗਮਾਂ ਦਾ ਪ੍ਰਬੰਧ ਕੀਤਾ ਸੀ ਪਰ ਇਹਨਾਂ ਏਜੰਸੀਆਂ ਦੇ ਬੰਦਿਆਂ ਨੇ ਇਹ ਗਲਤ ਨਜਾਇਜ਼ ਤਰੀਕੇ ਅਪਣਾ ਕਰਕੇ ਭਾਈ ਸਾਹਿਬ ਜੀ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ਾਂ ਰਚ ਲਈਆਂ ਸਨ ਸੋ ਭਾਈ ਸਾਹਿਬ ਇਹਨਾਂ ਸਭ ਚੀਜ਼ਾਂ ਤੋਂ ਜਾਣੂ ਹੋ ਕਰਕੇ ਉਹਨਾਂ ਨੂੰ ਜਿਹੜਾ ਇਹ دیਵਾਨਾ ਦਾ ਪ੍ਰੋਗਰਾਮ ਮਜਬੂਰ ਹੋ ਕੇ ਕੈਨਸਲ ਕਰਨਾ ਪਿਆ ਸੋ ਇਲਾਕੇ ਦੀਆਂ ਸੰਗਤਾਂ ਤੇ ਜਥਿਆਂ ਦੇ ਸਿੰਘ ਜਿਹੜੇ ਉਹ ਬੜੇ ਪਿਛਲੇ ਸਮੇਂ ਲੰਮੇ ਸਮੇਂ ਤੋਂ ਇਹਨਾਂ دیਵਾਨਾ ਦੀ ਤਿਆਰੀ ਕਰ ਰਹੇ ਸਨ ਬੜਾ ਜੋਸ਼ ਸੀ ਤੇ ਦਿਨ ਰਾਤ ਉਹਨਾਂ ਨੇ ਇਹ ਕੀਤਾ ਹੋਇਆ ਸੀ ਉਹਨਾਂ ਵਿੱਚ ਬੜਾ ਅਜ ਰੋਸ ਹੈ ਦੀਵਾਨਾਂ ਦੇ ਕੈਨਸਲ ਹੋਣ ਕਰਕੇ ਔਰ ਇਹਨਾਂ ਬੰਦਿਆਂ ਦੇ ਪ੍ਰਤੀ ਬੜਾ ਗੁੱਸਾ ਹੈ ਰੋਸ ਹੈ ਸੋ ਆਪਾਂ ਸਮੂਹ ਸੰਗਤਾਂ ਨੇ ਆਪ ਸਭ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਲਾਹਨਤਾਂ ਪਾਉਣ ਦੇ ਲਈ ਇਹਨਾਂ ਪ੍ਰਤੀ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਅਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੜਰੀਆਂ ਵਾਲਿਆਂ ਦਾ ਸਾਥ ਦੇਣ ਦੇ ਲਈ ਉਹਨਾਂ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਦੇ ਲਈ ਆਪਾਂ ਕੱਲ ਨੇ ਕੱਲ ਨੂੰ ਸਭ ਨੇ ਸ੍ਰੀ ਅਮਰਸਰ ਸਾਹਿਬ ਵਿਖੇ ਰਣਜੀਤ ਐਵੇਨਿਊ ਗਰਾਊਂਡ ਦੇ ਵਿੱਚ 11 ਵਜੇ ਇਕੱਠੇ ਹੋਣਾ ਹੈ ਸੋ ਇਸ ਆਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਸਮੂਹ ਸੰਗਤਾਂ ਆਪੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਕੱਲ ਨੂੰ 11 ਨੰਬਰ ਵਾਲੇ ਦਿਨ 11 ਵਜੇ ਰਣਜੀਤ ਐਵੇਨਿਊ ਗਰਾਊਂਡ ਸ੍ਰੀ ਅਮਰਸਰ ਸਾਹਿਬ ਵਿਖੇ ਰੋਸ ਪ੍ਰਗਟ ਕਰਨ ਦੇ ਲਈ ਸ਼ਾਂਤਮਈ ਰੋਸ ਪ੍ਰਗਟ ਕਰਨ ਦੇ ਲਈ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ